ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ ਸੰਗਟੇਸੀਆਂ ਵਿਖੇ ਇੱਕ ਰੋਜ਼ਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਵੱਲੋਂ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ। ਕੈਂਪ ਦੌਰਾਨ 13 ਸਵੇਕੀ ਲਾਭਪਾਤਰੀਆਂ ਵੱਲੋਂ ਪੰਜਾਬ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਉਠਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਕੁਲਵੰਤ ਸਿੰਘ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਕਰਮਜੀਤ ਸਿੰਘ ਚੌਧਰੀ ਵਿਸ਼ੇਸ਼ ਤੌਰ 'ਤੇ ਪੁੱਜੇ। ਕੈਂਪ ਦੌਰਾਨ ਕਈ ਅਹਿਮ ਵਿਭਾਗਾਂ ਵੱਲੋਂ ਵੱਖ ਵੱਖ ਸਟਾਲ ਲਗਾ ਕੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ MP ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕੈਂਪ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਨੂੰ ਉਹਨਾਂ ਦੇ ਦਰ 'ਤੇ ਇੱਕੋ ਛੱਤ ਹੇਠਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਵਿੱਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪ ਵੱਲੋਂ ਆਪਣੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਚੌਧਰੀ ਸੰਤੋਖ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਕੁਲਵੰਤ ਸਿੰਘ ਨੇ ਲੋਕਾਂ ਨੂੰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪ ਬਾਰੇ ਜਾਗਰੂਕ ਕਰਦਿਆਂ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜਨਰਲ ਸਕੱਤਰ ਪੰਜਾਬ ਕਾਂਗਰਸ ਕਮੇਟੀ ਵਿਕਰਮਜੀਤ ਸਿੰਘ ਚੌਧਰੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੇ ਜਿਹੜੀ ਸਰਬ ਵਿਕਾਸ ਯੋਜਨਾ ਬਣਾਈ ਹੈ, ਜਿਸ ਦੇ ਤਹਿਤ ਹਰ ਹਲਕੇ ਦੇ ਵਿੱਚ ਵਿਕਾਸ ਦੇ ਕੈਂਪ ਲਗਾਏ ਜਾਂਦੇ ਔਰ ਜਿੰਨੇ ਵੀ ਲੋੜਵੰਦ ਹੈ, ਚਾਹੇ ਉਹ ਪੈਨਸ਼ਨ ਹੈ, ਚਾਹੇ ਉਹ ਬੇਰੁਜ਼ਗਾਰ ਹੈ, ਚਾਹੇ ਉਹ ਸਮਾਰਟ ਕਾਰਡ ਹੈ, ਸਾਰੀਆਂ ਸਕੀਮਾਂ ਜਿੰਨੀਆਂ ਵੀ ਹੈ ਉਹਨਾਂ ਦੇ ਇੱਕ ਕੈਂਪ ਦੇ ਵਿੱਚ ਹੀ ਫਾਰਮ ਭਰੇ ਜਾਂਦੇ, ਪ੍ਰੋਸੈਸ ਹੁੰਦੇ ਆ, ਉਸ ਤੋਂ ਬਾਅਦ ਜਿਹੜੇ ਬੈਨੀਫਿਸ਼ਰੀ ਉਹਨਾਂ ਨੂੰ ਰਾਹਤ ਦਿੱਤੀ ਜਾਂਦੀ ਹੈ। ਸੋ ਅੱਜ ਉਸੇ ਸਕੀਮ ਦੇ ਤਹਿਤ ਹਲਕਾ ਫਲੋਰ ਦਾ ਵਿਕਰਮ ਚੌਧਰੀ, ਹਲਕਾ ਇੰਚਾਰਜ ਦੀ ਰਹਿਨਵਾਈ ਥੱਲੇ ਅੱਜ ਸੰਗਟੇਸੀਆਂ ਵਿਖੇ ਖਾਲਸਾ ਕਾਲਜ, ਜਿਹੜਾ ਗੁਰੂ ਨਾਨਕ ਦੇਵ ਖਾਲਸਾ ਕਾਲਜ ਫੋਰ ਵੂਮੈਨ, ਉਹਦੇ ਵਿੱਚ ਇਹ ਕੈਂਪ ਲਗਾਇਆ ਗਿਆ ਔਰ ਜਿਸ ਵਿੱਚ ਪ੍ਰਸ਼ਾਸਨ ਵੱਲੋਂ ਸਾਡੇ ਸਰਦਾਰ ਕੁਲਵੰਤ ਸਿੰਘ IAS ਡਿਪਟੀ ਕਮਿਸ਼ਨਰ ਦੇ ਅੰਦਰ ਔਰ ਸਾਰਾ ਹੀ ਪ੍ਰਸ਼ਾਸਨ ਇੱਥੇ ਹਾਜ਼ਰ ਹੋਇਆ ਔਰ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੇ ਭੈਣਾਂ ਭਰਾ ਹੈ ਉਹਨਾਂ ਦੀ ਜਿਹੜੇ ਫਾਰਮ ਭਰੇ ਗਏ, ਉਹਨਾਂ ਨੂੰ ਜਿਹੜੇ ਰਜਿਸਟਰ ਕੀਤਾ ਗਿਆ, ਜਿਹਨਾਂ ਦੇ ਕੱਚੇ ਮਕਾਨ ਹੈ ਉਹਨਾਂ ਨੂੰ ਪੱਕਿਆਂ ਵਾਸਤੇ ਰਜਿਸਟਰ ਕੀਤਾ ਗਿਆ, ਜਿਹੜੇ ਬੇਰੁਜ਼ਗਾਰ ਹੈ ਉਹਨਾਂ ਨੂੰ ਕੀਤਾ ਗਿਆ ਸਮਾਰਟ ਕਾਰਡ, ਹੋਰ ਜਿੰਨੀਆਂ ਵੀ ਸਕੀਮਸ ਹੈ ਉਹ ਇੱਥੇ ਬੜੀ ਵੱਡੀ ਗਿਣਤੀ ਵਿੱਚ ਉਹਨਾਂ ਨੂੰ 1100 ਦੇ ਕਰੀਬ ਜਿਹੜੇ ਇੱਥੇ ਜਿਹੜੇ ਐਪਲੀਕਾਂਟਸ ਆਏ ਔਰ ਉਹਨਾਂ ਦਾ ਪ੍ਰੋਸੈਸ ਅੱਜ ਇੱਥੇ ਸ਼ੁਰੂ ਹੋ ਗਿਆ ਔਰ ਮੈਂ ਸਮਝਦਾ ਕਿ ਇਸ ਦੇ ਨਾਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਇਹ ਸੰਕਲਪ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਬਹੂਰਾਂ ਤੱਕ ਲਿਜਾਣੇ, ਦਰਵਾਜ਼ਿਆਂ ਤੱਕ ਲਿਜਾਣੀ, ਅੱਜ ਉਸੇ ਹੀ ਮੂਵ ਦੇ ਵਿੱਚ ਅੱਜ ਅਸੀਂ ਇੱਥੇ ਆਏ ਹਾਂ ਔਰ ਮੈਂ ਸਮਝਦਾ ਕਿ ਇਸ ਕੈਂਪ ਦੇ ਨਾਲ ਬਹੁਤ ਵੱਡਾ ਫਾਇਦਾ ਜਿਹੜਾ ਹਲਕੇ ਦੇ ਜਿਹੜੇ ਭੈਣਾਂ ਭਰਾ ਉਸ ਨੂੰ ਹੋਏਗਾ। ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ, ਡਿਪਟੀ ਕਮਿਸ਼ਨਰ ਸਾਹਿਬ ਕਿਹੜੇ ਔਰ ਵਿਕਰਮ ਚੌਧਰੀ ਦਾ ਵੀ ਕਰਦਾ ਕਿ ਜਿਨ੍ਹਾਂ ਨੇ ਇਹ ਕੈਂਪ ਜਿਹੜਾ ਔਰਗਨਾਈਜ਼ ਕਰਾਇਆ। ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਰਕਾਰ ਦੀ ਇੱਕ ਫਲੈਗਸ਼ਿਪ ਸਕੀਮ ਹੈ, ਉਹਦੇ ਤਹਿਤ ਹਰ 20th ਨੂੰ ਕਿਤੇ ਨਾ ਕਿਤੇ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਜਾਂਦਾ। ਪਿਛਲੇ ਵਾਰੀ ਵੀ ਅਸੀਂ ਭੋਗਪੁਰ ਦੇ ਵਿੱਚ ਪਿਛਲੀ 20 ਨੂੰ ਲਗਾਇਆ ਸੀ, ਇਸ ਵਾਰੀ ਅਸੀਂ ਹਲਕਾ ਫਿਲੌਰ ਦੇ ਵਿੱਚ ਸੰਗਟੇਸੀਆਂ ਪਿੰਡ ਦੇ ਵਿੱਚ ਇਹ ਅੱਜ ਕੈਂਪ ਦਾ ਆਯੋਜਨ ਕੀਤਾ।
ਜਿਹਦੇ ਵਿੱਚ ਤੁਸੀਂ ਖੁਦ ਘੱਟ ਦੇਖ ਸਕਦੇ ਹੋ ਕਿ 1100 ਦੇ ਕਰੀਬ ਸਾਡੇ ਕੋਲ ਐਪਲੀਕੇਸ਼ਨਸ ਆਈਆਂ ਨੇ ਵੱਖ ਵੱਖ ਬੈਨੀਫਿਟਸ ਲੈਣ ਲਈ, ਚਾਹੇ ਉਹ PMAY ਦਾ ਹੋਵੇ, ਚਾਹੇ ਉਹ ਰਾਸ਼ਨ ਕਾਰਡ, ਪੈਨਸ਼ਨ, ਸ਼ਗਨ ਸਕੀਮ ਜਾਂ ਇੰਪਲਾਇਮੈਂਟ ਬਿਊਰੋ ਦੇ ਤਹਿਤ ਰੁਜ਼ਗਾਰ ਲੈਣ ਲਈ ਆਇਆ ਹੋਵੇ। ਉਹ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਕਿ ਸਾਨੂੰ ਸਰਕਾਰ ਇੱਥੇ ਆ ਕੇ ਬੈਨੀਫਿਟਸ ਦਿੰਦੀ ਹੈ, ਤੋ ਲੋਕਾਂ ਲਈ ਵੀ ਸਹੂਲਤ ਹੋ ਜਾਂਦੀ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਆ ਕੇ, ਉਹਨਾਂ ਦੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਨੂੰ ਬੈਨੀਫਿਟਸ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਹ ਹਰ 20 ਤਰੀਕ ਨੂੰ, ਹਰੇਕ ਮਹੀਨੇ ਦੀ 20 ਤਰੀਕ ਨੂੰ ਲਗਾਇਆ ਜਾਂਦਾ ਇਸ ਤਰ੍ਹਾਂ ਦੇ ਕੈਂਪਸ। ਇੱਕ ਮੈਂ ਤੁਹਾਡੇ ਥਰੂ ਹੋਰ ਬੇਨਤੀ ਕਰਨਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ ਸਾਰੇ ਲੋਕਾਂ ਨੂੰ ਕਿ ਸਤੰਬਰ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਵਿੱਚ 6 ਰੁਜ਼ਗਾਰ ਮੇਲੇ ਲਗਾਏ ਜਾਣਗੇ, ਮੈਗਾ ਰੁਜ਼ਗਾਰ ਮੇਲੇ ਲਗਾਏ ਜਾਣਗੇ। ਉਹਨਾਂ ਦੇ ਵਿੱਚ ਜਿਹੜੇ ਬੇਰੁਜ਼ਗਾਰ ਨੇ ਜਾਂ ਰੁਜ਼ਗਾਰ ਚਾਹੁੰਦੇ ਨੇ ਲੋਕ, ਉਹ ਭਾਗ ਲੈ ਸਕਦੇ ਆਪਦੀ ਕੁਆਲੀਫਿਕੇਸ਼ਨ ਮੁਤਾਬਕ। ਉੱਥੇ ਬਹੁਤ ਸਾਰੀਆਂ ਕੰਪਨੀਜ਼, ਬਹੁਤ ਸਾਰੇ ਡਿਪਾਰਟਮੈਂਟਸ ਬੁਲਾਏ ਹੁੰਦੇ ਆ, ਅਤੇ ਉਹ ਇੰਪਲਾਇਮੈਂਟ ਬਿਊਰੋ ਦੇ ਵਿੱਚ ਸਾਰੇ ਆਪਣੇ ਆਪ ਨੂੰ ਰਜਿਸਟਰ ਕਰਵਾ ਲੈਣ, ਅਤੇ ਤਾਂ ਕਿ ਅਸੀਂ ਉਹਨਾਂ ਦੀ ਇੰਟਰਵਿਊ ਕਰਵਾ ਸਕੀਏ ਉੱਥੇ।